ਅੱਜ ਫਿਰ ਤੁਹਾਡੇ ਵਰਗਾ ਕੁਝ ਅਨੁਭਵ ਵਾਲੀ ਗੱਲਾਂ ਕਰਦੇ ਲੈ ਕੇ ਆਉਂਦੇ ਹਾਂ ਅਤੇ ਸੁਣਦੇ ਹਾਂ ਭਾਈ ਜੀ ਦਾ ਕੁਝ ਐਸਾ ਅਨੁਭਵ ਜਿਹੜੇ ਸਾਡੇ ਜੀਵਨ ਨੂੰ ਵੀ ਸਫਲ ਬਣਾਏ, ਜੀਵਨ ਨੂੰ ਵੀ ਅੱਗੇ ਲੈ ਕੇ ਜਾਏ। ਆਈਏ ਸਵਾਗਤ ਕਰਦੇ ਹਾਂ ਨਿਰਵੇਰ ਭਾਈ ਸਾਹਿਬ ਦਾ। ਭਾਅ ਜੀ ਤੁਹਾਡਾ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਤੁਸੀਂ ਦਾਦੀ ਪ੍ਰਕਾਸ਼ ਮਨੀ ਦੇ ਬਾਰੇ 'ਚ ਬੋਲਿਆ ਥਾ ਅਤੇ ਉਹਨਾਂ ਦੇ ਜੀਵਨ ਦੀ ਕਹਾਣੀ ਤੁਸੀਂ ਸੁਣਾਈ। ਮੈਂ ਹੁਣ ਇਹ ਪੁੱਛਣਾ ਚਾਹੁੰਦੀ ਕਿ ਤੁਸੀਂ ਜਦ ਦਾਦੀ ਨਾਲ ਸੇਵਾਏ ਕੀਤੀ ਸੀ ਉਸ ਸਮੇਂ ਦਾ, ਮਤਲਬ ਦਾਦੀ ਨਾਲ ਰਹਿਣੇ ਦਾ ਅਤੇ ਨਾਲ ਨਾਲ ਸੇਵਾ ਕਰਨ ਦਾ ਉਹ ਕੀ ਅਨੁਭਵ ਤੁਹਾਨੂੰ ਪ੍ਰਾਪਤ, ਮਤਲਬ ਕਿਆ ਦਾਦੀ ਨਾਲ ਸਿੱਖਣ ਨੂੰ ਮਿਲਿਆ ਤੁਹਾਨੂੰ? ਕਿਸੇ ਵੀ ਔਰਗਨਾਈਜੇਸ਼ਨ 'ਚ ਦੇਖਣਗੇ ਉਹ ਤੁਸੀਂ, ਭਾਵੇਂ ਉਹ ਰਿਲੀਜੀਅਸ ਔਰਗਨਾਈਜੇਸ਼ਨ ਹੈ, ਭਾਵੇਂ ਪੋਲੀਟੀਕਲ ਹੈ, ਭਾਵੇਂ ਸਮਾਜਿਕ ਹੈ, ਕੋਈ ਵੀ ਹੈ ਜੀ, ਉਹਦੇ 'ਚ ਜੋ ਉਹਨਾਂ ਦੇ ਹਰਤਾ ਕਰਤਾ ਹੁੰਦੇ, ਉਹਨਾਂ ਨੂੰ ਲੀਡਰਸ ਕਹਿੰਦੇ, ਲੀਡਰਸ ਅਤੇ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਹੀ ਉਹ ਲੀਡਰਸ 'ਚ ਨਾ ਹੋਣ ਤਾਂ ਉਹ ਲੀਡਰ ਨਹੀਂ ਬਣਦੇ। ਔਰ ਲੀਡਰਸ਼ਿਪ ਕੁਆਲਿਟੀ 'ਚ ਇਹੀ ਹੁੰਦਾ ਜੀ ਕਿ ਜੋ ਜਿਸ ਪਰਪਜ਼ ਵਾਸਤੇ ਕੋਈ ਔਰਗਨਾਈਜੇਸ਼ਨ ਤੁਸੀਂ ਬਣਾਈ ਹੈ ਜਾਂ ਤੁਸੀਂ ਆਪਣਾ ਕੋਈ ਲਕਸ਼ ਰੱਖਿਆ ਜੀ, ਤਾਂ ਉਸ ਲਕਸ਼ ਨੂੰ ਲੈ ਕਰਕੇ ਚੱਲਣਾ ਅੱਗੇ। ਅਤੇ ਦਾਦੀ ਪ੍ਰਕਾਸ਼ਮਣੀ ਜਾਂ ਦਾਦੀ ਦੀਦੀ ਮਨਮੋਹਿਨੀ ਜਾਂ ਦੂਸਰੇ ਗੁਲਜ਼ਾਰ ਦਾਦੀ ਜਾਂ ਰਤਨਮੋਹਿਨੀ ਦਾਦੀ ਜਾਂ ਔਰ ਵੀ ਦਾਦੀਆਂ, ਪਰ ਉਹਨਾਂ ਤੋਂ ਵੀ ਪਹਿਲੇ ਬ੍ਰਹਮਾ ਬਾਬਾ ਔਰ ਮਾਤੇਸ਼ਵਰੀ ਸਰਸਵਤੀ, ਔਰ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਭਾਈ ਭੈਣ ਹੈਗੇ ਸੀ, ਸਭ ਦਾ ਲਕਸ਼ ਕੀ ਸੀ? ਲਕਸ਼ ਇੱਕ ਹੀ ਸੀ ਕਿ ਸਾਨੂੰ ਜਿਸ ਤਰ੍ਹਾਂ ਅਨਮੋਲ ਹੀਰੇ ਜਵਾਹਰਾਤ ਗਿਆਨ ਦੇ ਮਿਲ ਗਏ ਨੇ, ਜਿਹਦੇ ਨਾਲ ਸਾਡਾ ਜੀਵਨ ਜਿਹੜਾ ਉਹ ਇਤਨਾ ਸੁਸੱਜਿਤ ਬਣ ਜਾਂਦਾ ਜੀ, ਸ੍ਰੇਸ਼ਟ ਬਣ ਜਾਂਦਾ ਜੀ। ਉਹਦੇ 'ਚ ਵੀ ਖਾਸ ਕਰ ਵਾਹਿਗੁਰੂ ਦੇ ਬਾਰੇ 'ਚ ਪੂਰੀ ਜਾਣਕਾਰੀ, ਪਰਮਾਤਮਾ ਦਾ ਯਥਾਰਥ ਪਰਿਚੈ, ਔਰ ਫਿਰ ਉਸਦੇ ਨਾਲ ਗਿਆਨ ਦੇ ਨਾਲ ਨਾਲ ਪਰਮਾਤਮਾ ਪਿਤਾ ਨੂੰ ਯਾਦ ਕਿਸ ਤਰ੍ਹਾਂ ਕਰਨਾ। ਜੋ ਲੋਕ ਯੋਗ ਸ਼ਬਦ ਯੂਜ ਕਰਦੇ ਹੈ ਉਸ ਨੂੰ ਬੜਾ ਸਰਲ ਕਰਕੇ ਕਿ ਯੋਗ ਯੋਗ ਕਹਿ ਕਰਕੇ ਵਿਅਕਤੀ ਸੋਚਦਾ ਸ਼ਾਇਦ ਹੱਠ ਯੋਗ ਕਰਨਾ ਹੀ, ਸ਼ੀਸ਼ ਆਸਨ ਕਰਨਾ ਹੀ, ਹੋਰ ਕੁਝ ਕਰਨਾ ਨਹੀਂ। ਬਾਬਾ ਨੇ ਜਿਸ ਤਰ੍ਹਾਂ ਇਸ ਚੀਜ਼ ਦੇ ਉੱਪਰ ਸਮਝਾਇਆ ਕਿ ਯਾਦ, ਜਿੰਨਾ ਤੁਸੀਂ ਪਰਮਾਤਮਾ ਦੇ ਨਾਲ ਮਨ ਲਗਾਉਣਗੇ, ਯਾਦ ਕਰਨਗੇ, ਅਤੇ ਉਨਾ ਤੁਹਾਨੂੰ ਉਹਨਾਂ ਦਾ ਸੰਗ ਮਿਲੇਗਾ, ਔਰ ਜਿੰਨਾ ਪਰਮਾਤਮਾ ਦਾ ਸੰਗ ਮਿਲੇਗਾ ਉਤਨਾ ਰੰਗ ਚੜ੍ਹੇਗਾ। ਅਤੇ ਇਸ ਚੀਜ਼ ਨੂੰ ਲੈ ਕਰਕੇ ਫਿਰ ਪ੍ਰਕਾਸ਼ਮਣੀ ਦਾਦੀ ਜੀ ਔਰ ਹੋਰ ਭਾਈ ਭੈਣ ਮਿਲ ਕਰਕੇ, ਜਗਦੀਸ਼ ਬਾਈ, ਰਮੇਸ਼ ਬਾਈ, ਬ੍ਰਿਜਮੋਹਨ ਬਾਈ, ਹੋਰ ਵੀ ਆਪਣੀ ਭੈਣਾਂ, ਸਭ ਨੇ ਮਿਲ ਕਰਕੇ ਕਈ ਗੱਲਾਂ ਇਹਦੇ 'ਚ ਸੋਚੀਆਂ, ਪਰ ਮੈਨੂੰ ਸਾਕਾਰ ਬਾਬਾ ਦੇ ਅਵਿਅਕਤ ਹੋਣ ਤੋਂ ਬਾਅਦ ਜਿਹੜੀ ਬੜੀ ਦਾਦੀਆਂ ਦੀ ਉਹ ਕਮੇਟੀ ਹੈਗੀ ਸੀ, ਅੱਠ ਦਾਦੀਆਂ ਦੀ, ਉਹਨਾਂ ਨੇ ਬੜੇ ਪਿਆਰ ਨਾਲ ਬੰਬੇ ਤੋਂ ਆਬੂ ਆ ਕਰਕੇ
ਰਹਿਣ ਵਾਸਤੇ ਔਰ ਆਫਿਸ ਦਾ ਕੰਮ ਦੇਖਣ ਵਾਸਤੇ ਜ਼ਿੰਮੇਦਾਰੀ ਦਿੱਤੀ। ਹਾਲਾਂਕਿ ਮੈਂ ਆਪਣੇ ਆਪ ਨੂੰ ਬੜਾ ਛੋਟਾ ਸਮਝਦਾ ਸੀ। ਮੇਰੇ ਕੋਲੋਂ ਵੱਡੇ ਭਰਾ ਜਗਦੀਸ਼ ਬਾਈ ਹੈਗੇ ਸੀ ਔਰ ਲੇਕਿਨ ਜਗਦੀਸ਼ ਬਾਈ ਕਿਉਂਕਿ ਕਿਤਾਬਾਂ ਵਗੈਰਾ ਲਿਖਦੇ ਸੀ, ਪ੍ਰਿੰਟਿੰਗ ਦਾ ਕੰਮ ਦਿੱਲੀ 'ਚ ਜ਼ਿਆਦਾ ਹੁੰਦਾ ਸੀ ਅਤੇ ਇਸ ਕਰਕੇ ਫਿਰ ਔਰ ਮੈਂ ਬੋਂਬੇ ਦੀ ਸੇਵਾ 'ਚ ਇਤਨਾ ਮਸਤ ਹੁੰਦਾ ਸੀ, ਮੇਰਾ ਮਨ ਨਹੀਂ ਸੀ ਹੁੰਦਾ ਇਹ ਬੋਂਬੇ ਛੱਡ ਕੇ ਆਉਣ ਦਾ। ਬਾਬਾ ਨੇ ਸਾਕਾਰ ਬਾਬਾ ਨੇ ਮੈਨੂੰ ਕਿਹਾ ਸੀ ਕਿ ਪੜ੍ਹੇ ਲਿਖੇ ਬੱਚੇ ਜਿਹੜੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਵੱਡੇ ਸ਼ਹਿਰਾਂ 'ਚ ਹੈ ਅਤੇ ਤੁਸੀਂ ਬੋਂਬੇ 'ਚ ਹੀ ਰਹਿ ਕੇ ਸੇਵਾ ਕਰੋ। ਤਾਂ ਮੈਂ ਕਦੀ ਸੋਚਦਾ ਨਹੀਂ ਸੀ ਕਿ ਮੈਂ ਆਬੂ ਆ ਕਰਕੇ ਰਹਾਂਗਾ। ਅਤੇ ਜਦੋਂ ਸਭ ਦਾਦੀਆਂ ਨੇ ਇੱਕ ਨਿਰਣੇ ਲਿਆ ਫਿਰ ਮੈਂ ਅਵਿਅਕਤ ਬਾਪ ਦਾਦਾ ਦੇ ਨਾਲ ਗੱਲ ਕੀਤੀ, ਗੁਲਜ਼ਾਰ ਦਾਦੀ ਦੇ ਸਰੀਏ, ਅਤੇ ਬਾਬਾ ਵੀ ਬਹੁਤ ਪਿਆਰ ਨਾਲ ਕਹਿਣ ਲੱਗੇ ਦੇਖੋ ਥੋੜ੍ਹੇ ਦਿਨ ਆ ਕਰਕੇ ਰਹਿ ਕਰਕੇ ਟ੍ਰਾਇਲ ਕਰੋ, ਇੱਕ ਮਹੀਨਾ ਰਹਿ ਕੇ ਦੇਖੋ ਕਿ ਤੁਸੀਂ ਆਫਿਸ ਚਲਾ ਵੀ ਸਕਦੇ ਹੋ ਜਾਂ ਨਹੀਂ। ਉਹ ਅੱਜ ਤਾਈਂ ਇੱਕ ਮਹੀਨਾ ਪੂਰਾ ਨਹੀਂ ਹੋਇਆ ਲੇਕਿਨ ਯੱਗ 'ਚ ਸਮਰਪਿਤ ਮੈਂ ਪਹਿਲੇ ਹੀ ਸੀ ਲੇਕਿਨ ਉਹ ਬੋਂਬੇ ਦੀ ਬਜਾਏ ਆਬੂ ਸ਼ਿਫਟ ਹੋ ਗਿਆ ਔਰ ਫਿਰ ਸ਼ੁਰੂ 'ਚ ਤਾਂ ਮੈਨੂੰ ਸਮਝ ਨਹੀਂ ਸੀ ਆਉਂਦਾ ਵੀ ਮੈਂ ਕਰਨਾ ਕੀ ਹੈ, ਹੋਰ ਕੁਛ ਨਹੀਂ ਤਾਂ ਮੈਂ ਕੈਮਰਾ ਲੈ ਕੇ ਪਹਾੜਾਂ 'ਤੇ ਚਲ ਜਾਣਾ, ਸੀਨਰੀ ਫੋਟੋ ਖਿੱਚਦੇ ਰਹਿਣਾ। ਲੇਕਿਨ ਫਿਰ ਆਹਿਸਤਾ ਆਹਿਸਤਾ ਮੈਨੂੰ ਸਮਝ 'ਚ ਆਉਣ ਲੱਗਾ ਕਿਉਂਕਿ ਸਾਕਾਰ ਬਾਬਾ ਮੈਨੂੰ ਇਸ ਗੱਲ 'ਤੇ ਸਮਝਾਉਂਦੇ ਸੀ ਬਹੁਤ ਕਿ ਯੱਗੇ ਦੀ ਹਰ ਕਾਰੋਬਾਰ ਨੂੰ ਤੁਸੀਂ ਅੱਛੀ ਤਰ੍ਹਾਂ ਸਮਝਣਾ ਹੀ, ਇਹ ਨਾ ਹੋਏ ਕਿ ਯੱਗੇ ਦਾ ਕੋਈ ਕਾਰੋਬਾਰ ਆਏ ਔਰ ਤੁਸੀਂ ਕਰ ਨਾ ਸਕੋ। ਅਤੇ ਉਹ ਗੱਲ ਫਿਰ ਮੈਨੂੰ ਯਾਦ ਆ ਗਈ, ਮੈਂ ਸਮਝ ਗਿਆ ਔਰ ਉਹਨਾਂ ਦਿਨਾਂ 'ਚ ਸਾਡੇ ਕੋਲ ਪੁਰਾਣਾ ਇਹ ਆਪਣਾ ਪਾਂਡਵ ਭਵਨ ਸੀ, ਅਗਰ ਕੋਈ ਗੈਸਟ ਆ ਜਾਣ ਤਾਂ ਉਹਨਾਂ ਨੂੰ ਹੋਟਲ 'ਚ ਰੱਖਦੇ ਸੀ ਔਰ ਹੁਣ ਉਹਨਾਂ ਦਿਨਾਂ 'ਚ ਸੈਮੀਨਾਰ ਕਾਨਫਰੰਸ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ। ਅਤੇ ਫਿਰ ਦਾਦੀ ਦੇ ਨਾਲ ਪ੍ਰਕਾਸ਼ਮਣੀ ਦਾਦੀ ਉਹਨਾਂ ਦੇ ਨਾਲ ਫਿਰ ਥੋੜ੍ਹਾ ਜ਼ਿਆਦਾ ਨਜ਼ਦੀਕ ਹੋਣ ਕਰਕੇ ਰਾਏ ਸਲਾਹ ਕਰਦੇ ਰਹੇ ਅਤੇ ਜੋ ਗੈਸਟ ਆਉਂਦੇ ਆ ਸੈਂਟਰਾਂ ਤੋਂ ਵੀ ਭਾਈ ਭੈਣ ਆਉਂਦੇ ਆ ਰਿਫਰੈਸ਼ ਹੋਣ ਵਾਸਤੇ ਜਾਂ ਜਦੋਂ ਕਦੀ ਕੋਈ ਸੈਮੀਨਾਰ ਹੋਏ, ਕੋਈ ਕਾਨਫਰੰਸ ਹੋਏ, ਕੋਈ ਮੀਟਿੰਗ ਹੋਏ, ਉਹਦੇ ਵਾਸਤੇ ਵੀ ਕੋਈ ਜਗ੍ਹਾ ਠੀਕ ਚਾਹੀਦੀ ਹੈ। ਅਤੇ ਬਸ ਇਹ ਫਿਰ ਇੱਕ ਇਹੀ ਕਹੀਏ ਕਿ ਅੰਦਰ ਸੰਸਕਾਰ ਹੈਗਾ ਸੀ ਇੰਜੀਨੀਅਰਿੰਗ ਦਾ ਔਰ ਕੁਛ ਗੱਲਾਂ ਹੈਗੀਆਂ ਜਿਹੜੀਆਂ ਸਾਨੂੰ ਵਰਦਾਨ ਰੂਪ 'ਚ ਬਾਬਾ ਕੋਲੋਂ ਮਿਲਦੀਆਂ ਹੀ ਔਰ ਉਹ ਹੈ ਕਿ ਟੂ ਵਿਜੁਅਲਾਈਜ਼ ਦਾ ਫਿਊਚਰ, ਭਵਿਸ਼ ਨੂੰ ਸਾਹਮਣੇ ਦੇਖਣਾ ਕਿ ਅੱਜ ਸਾਡੀ ਇਹ ਸਟੇਜ ਹੈ, ਇੰਸਟੀਟਿਊਸ਼ਨ ਦੀ ਇਹ ਸੇਵਾ ਹੈਗੀ, ਇਹ ਹੈਗੀ, ਕੱਲ੍ਹ ਨੂੰ ਹੋਰ ਕੀ ਜ਼ਰੂਰਤ ਹੋਏਗੀ, ਉਸ ਤੋਂ ਅੱਗੇ ਚੱਲ ਕੇ ਹੋਰ ਕੀ ਜ਼ਰੂਰਤ ਹੋਏਗੀ, ਇਸ ਤਰ੍ਹਾਂ ਇਹ। ਅਤੇ ਉਹਦੇ ਵਾਸਤੇ ਫਿਰ ਆਉਣ ਲੋਕ ਜੋ ਆਉਣਗੇ ਭਾਈ ਭੈਣਾਂ ਨੂੰ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਚਾਹੀਦੀ।
ਤੇ ਇਹ ਦਾਦੀ ਜੀ ਨਾਲ ਗੱਲ ਕਰਦੇ ਕਰਦੇ ਉਹਨਾਂ ਦਿਨਾਂ 'ਚ ਹੀ ਸਾਨੂੰ ਬਾਈ ਚਾਂਸ ਪਹਿਲੇ ਪਹਿਲੇ 1,000 ਗਜ਼ ਜ਼ਮੀਨ ਉੱਥੇ ਮਾਊਂਟ ਆਬੂ 'ਚ ਮਿਲੀ ਔਰ ਉਹ ਅਸੀਂ ਗੈਸਟ ਹਾਊਸ ਦੀ ਤਰ੍ਹਾਂ ਉਹਨੂੰ ਉਹਦਾ ਨਕਸ਼ਾ ਬਣਾਇਆ ਔਰ ਫਿਰ ਕੰਸਟਰਕਸ਼ਨ ਹੋਈ ਉਸ ਦਾ ਨਾਂ ਰੱਖਿਆ ਰਾਜਯੋਗ ਭਵਨ ਔਰ ਫਿਰ ਉਸ ਤੋਂ ਬਾਅਦ ਦੇਖਿਆ ਕਿ ਲੋਕ ਆਉਣ ਲੱਗੇ ਯੋਗ ਸ਼ਿਬਿਰ ਸ਼ੁਰੂ ਹੋ ਗਏ ਬੜੇ ਅੱਛੇ ਅੱਛੇ ਲੋਕ ਆਉਂਦੇ ਸੀ ਉਹਦੇ 'ਚ ਗੌਰਮੈਂਟ ਦੇ ਬੜੇ ਬੜੇ ਔਫਿਸਰ ਜੱਜਿਸ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਔਰ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਇਹੋ ਜਿਹੇ ਲੋਕ ਔਰ ਡਾਕਟਰਸ ਲੇਕਿਨ ਉਹਦੇ 'ਚ ਸਾਡੇ ਸੀਟਾਂ ਸਿਰਫ 25 ਹੈਗੀਆਂ ਸੀ ਫਿਰ ਉਸ ਤੋਂ ਬਾਅਦ ਸਾਡੇ ਆਪਣੇ ਬ੍ਰਿਜਮੋਹਨ ਭਾਈ ਇਹੋ ਜਿਹੇ ਨਿਮਿਤ ਬਣੇ ਯੋਗ ਭਵਨ ਦੇ ਸਾਹਮਣੇ ਬਿਲਕੁਲ ਗਿਆਨ ਵਿਗਿਆਨ ਭਵਨ ਬਣਿਆ ਉਹ ਜ਼ਮੀਨ ਅਸੀਂ ਖਰੀਦੀ ਔਰ ਉਹਦੇ 'ਚ ਫਿਰ ਤਿੰਨ ਮੰਜ਼ਿਲਾ ਮਕਾਨ ਬਣਿਆ ਉਹ ਅਜੇ ਪੂਰਾ ਹੀ ਨਹੀਂ ਹੋਇਆ ਸੀ ਅਤੇ ਫਿਰ ਜਿੱਥੇ ਹੁਣ ਸੁਖਧਾਮ ਬਣਿਆ ਹੋਇਆ ਉਹ ਜ਼ਮੀਨ ਸਾਨੂੰ ਮਿਲੀ ਇੱਕ ਬੰਗਲਾ ਸੀ ਛੋਟਾ ਉਹਦੇ ਵਾਸਤੇ ਕੋਈ ਇੱਕ ਵਪਾਰੀ ਹੈਗੇ ਸੀ ਇੱਧਰੋਂ ਬਾਬਾ ਦੇ ਬੱਚੇ ਮੱਧ ਪ੍ਰਦੇਸ਼ ਸਾਈਡ ਤੋਂ ਉਹ ਨਿਮਿਤ ਬਣ ਗਏ ਔਰ ਫਿਰ ਲੱਕੀਲੀ ਦੇਖੋ ਕਿ ਬਾਬਾ ਦੇ ਬੱਚੇ ਹਰ ਪ੍ਰਕਾਰ ਦੇ ਤਾਂ ਉਹਦੇ 'ਚ ਸਿਵਲ ਇੰਜੀਨੀਅਰ ਵੀ ਹੈਗੇ ਸੀ ਅਤੇ 2-3 ਸਿਵਲ ਇੰਜੀਨੀਅਰ ਗੁਜਰਾਤ ਦੇ ਉਹਨਾਂ ਦੀ ਮਦਦ ਲੈ ਕਰਕੇ ਫਿਰ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਰਹਿਣ ਵਾਸਤੇ ਵੀ ਨਏ ਕਿਚਨ ਛੋਟਾ ਸੀ ਸਾਡਾ ਬਹੁਤ ਵੱਡਾ ਕਿਚਨ ਬਣਿਆ ਫਿਰ ਡਾਇਨਿੰਗ ਹਾਲ ਬਣੇ ਔਰ ਉਸ ਤੋਂ ਬਾਅਦ ਫਿਰ ਸੁਖਧਾਮ ਬਣਿਆ ਸੁਖਧਾਮ ਲੇਕਿਨ ਉਸ ਤੋਂ ਪਹਿਲੇ ਓਮ ਸ਼ਾਂਤੀ ਭਵਨ ਬਣਿਆ ਓਮ ਸ਼ਾਂਤੀ ਭਵਨ ਦੀ ਤਾਂ ਬੜੀ ਲੰਬੀ ਕਹਾਣੀ ਹੈ ਲੇਕਿਨ ਅਤੇ ਇਸ ਤਰ੍ਹਾਂ ਮਤਲਬ ਬਣਦੇ ਗਏ ਔਰ ਉਸ ਤੋਂ ਬਾਅਦ ਫਿਰ ਗਿਆਨ ਸਰੋਵਰ ਵਾਲੀ ਜ਼ਮੀਨ ਮਿਲੀ ਸਾਨੂੰ ਅਤੇ ਉਹ ਬਣਿਆ ਲੇਕਿਨ ਇਹਦੇ ਸਾਰੇ 'ਚ ਇੱਕ ਚੀਜ਼ ਜਿਹੜੀ ਦਾਦੀ ਜੀ ਔਰ ਜਗਦੀਸ਼ ਬਾਈ ਇਹਨਾਂ ਨੇ ਕਿਉਂਕਿ ਫਾਈਨੈਂਸ਼ੀਅਲ ਸਾਈਡ 'ਤੇ ਸੋਚਣਾ ਤਾਂ ਪਏਗਾ ਨਾ ਵੀ ਪੈਸੇ ਕਿੱਥੋਂ ਆਉਣਗੇ ਅਤੇ ਉਹਦੇ 'ਚ ਇੱਕ ਗੱਲ ਜਿਹੜੀ ਸੀ ਉਹ ਸਭ ਨੂੰ ਬੜੀ ਪਸੰਦ ਆਉਂਦੀ ਸੀ ਵੀ ਇੱਕ ਇਕੱਲਾ ਕੋਈ ਆ ਕਰਕੇ ਪੈਸੇ ਦੇ ਔਰ ਬਣਾਏ ਉਹਦਾ ਭਾਗ ਬਣੇਗਾ ਲੇਕਿਨ ਅਗਰ ਸਾਡੇ ਜਿਤਨੇ ਕਲਾਸਿਸ ਹੈਗੀਆਂ ਚਾਰੋਂ ਤਰਫ ਸੈਂਟਰਸ ਹੈਗੇ ਆ ਉੱਥੇ ਆਉਣ ਵਾਲੇ ਭਾਈ ਭੈਣ ਅਗਰ ਸਹਿਯੋਗੀ ਬਣ ਜਾਣ ਤਾਂ ਉਹਨਾਂ ਦਾ ਭਾਗ ਵੀ ਬਣੇਗਾ ਅਤੇ ਫਿਰ ਉਹਨਾਂ ਦਿਨਾਂ 'ਚ ਪਹਿਲੇ ਓਮ ਸ਼ਾਂਤੀ ਭਵਨ ਬਣਨਾ ਸੀ ਅਤੇ ਉਹ ਉਸ ਵੇਲੇ ਇਹ ਗੱਲ ਤੈਅ ਹੋਈ ਕਿ ਜੋ ਭਾਈ ਭੈਣ ਆਉਣ ਸੈਂਟਰ 'ਤੇ ਉਹ ਰੋਜ਼ ਦਾ 8 ਆਨਾ ਆਪਣਾ ਉਹਦੇ 'ਚ ਤਾਂ 8 ਆਨਾ ਅੱਧਾ ਰੁਪਿਆ ਅਤੇ ਉਹ 8 ਆਨੇ ਨਾਲ ਓਮ ਸ਼ਾਂਤੀ ਭਵਨ ਬਣਿਆ ਇੱਕ ਰੁਪਇਆ ਰੋਜ਼ ਹਰ ਕੋਈ ਡਾਲੇ ਜੋ ਕਲਾਸ ਸਟੂਡੈਂਟਸ ਉਹ 1 ਰੁਪਇਆ ਅਤੇ 1 ਰੁਪਏ ਨਾਲ ਦੇਖੋ ਕੀ ਬਣ ਗਿਆ ਅਤੇ ਇਸ ਤਰ੍ਹਾਂ ਮਤਲਬ ਫਿਰ ਗਿਆਨ ਸਰੋਵਰ ਜਦੋਂ ਬਣਿਆ ਅਤੇ ਗਿਆਨ ਸਰੋਵਰ ਬਣਨ ਦੇ ਟਾਈਮ 'ਤੇ ਉਹ ਵੀ ਇਸੇ ਤਰ੍ਹਾਂ ਹੀ ਬਣਿਆ 1 ਰੁਪਇਆ ਰੋਜ਼ ਬਸ
2 ਸਾਲ ਲੱਗੇ ਸੀ ਗਿਆਨ ਸਰੋਵਰ ਦਾ ਪੂਰਾ ਸਾਰੀ ਬਿਲਡਿੰਗਸ ਬਣਨ ਵਾਸਤੇ ਬਿਲਡਿੰਗਸ ਫਰਨੀਚਰ ਸਭ ਕੁਝ ਬਿਜਲੀ ਪਾਣੀ ਇਹ ਉਹ ਸਾਰਾ ਲੇਕਿਨ ਇੰਨਾ ਮੈਂ ਕਹਾਂਗਾ ਕਿ ਬਾਬਾ ਦਾ ਕੋਈ ਵੀ ਸਥਾਨ ਬਣਿਆ ਉਸ ਤੋਂ ਪਹਿਲੇ ਸ਼ੁਰੂ 'ਚ ਮਿਊਜ਼ੀਅਮ ਬਣਿਆ ਸੀ ਜਿਹੜਾ ਨੱਕੀ ਲੇਕ ਦੇ ਕੋਲ ਅਤੇ ਜੋ ਵੀ ਕੋਈ ਸਥਾਨ ਬਣਿਆ ਉਹ ਬੜਾ ਹੀ ਇੱਕ ਯੂਨੀਕ ਬਣਦਾ ਗਿਆ ਕਿਉਂਕਿ ਜਦੋਂ ਉਹ ਬਣਾਉਣ ਦੀ ਗੱਲ ਹੁੰਦੀ ਸੀ ਆਪਸ 'ਚ ਬੈਠਦੇ ਸੀ ਅਤੇ ਰਾਏ ਇਹੀ ਹੁੰਦੀ ਸੀ ਅਸੀਂ ਕਿਸੇ ਨੂੰ ਕਾਪੀ ਨਹੀਂ ਕਰਨਾ ਬਾਬਾ ਦੀ ਹਰ ਚੀਜ਼ ਯੂਨੀਕ ਚਾਹੀਦੀ ਹੈ ਬਸ ਔਰ ਤੁਸੀਂ ਦੇਖੋ ਜੋ ਕੁਛ ਬਣਿਆ ਅੱਜ ਦਿਨ ਤਾਈਂ ਔਰ ਉਸ ਤੋਂ ਬਾਅਦ ਫਿਰ ਗਿਆਨ ਸਰੋਵਰ ਬਣ ਗਿਆ ਉਸ ਤੋਂ ਬਾਅਦ ਇਹ ਨੀਚੇ ਵੀ ਸ਼ਾਂਤੀਵਨ ਵਗੈਰਾ ਇਹ ਬਣਦਾ ਗਿਆ ਫਿਰ ਵਿਚਾਰ ਚੱਲਦਾ ਸੀ ਕਿ ਦਿੱਲੀ ਤਰਫ ਵੀ ਸਾਡਾ ਕੁਛ ਹੋਣਾ ਚਾਹੀਦਾ ਦਾਦੀ ਜੀ ਨਾਲ ਗੱਲ ਕੀਤੀ ਪ੍ਰਕਾਸ਼ਮਣੀ ਨਾਲ ਦਾਦੀ ਜੀ ਮੈਨੂੰ ਕਹਿਣ ਕਿ ਦਿੱਲੀ ਵਾਲੇ ਖੁਦ ਹੀ ਕਰਨਗੇ ਤੁਸੀਂ ਕਿਉਂ ਚਿੰਤਾ ਕਰਦੇ ਹੋ ਪਰ ਮੈਨੂੰ ਅੰਦਰੋਂ ਪਤਾ ਨਹੀਂ ਉਹ ਬਾਬਾ ਦੀ ਦੇਣ ਕਹਿ ਲਓ ਬਾਬਾ ਦੀ ਟੱਚਿੰਗ ਕਹਿ ਲਓ ਜੋ ਵੀ ਕਹੋ ਮੈਨੂੰ ਵਾਰ ਵਾਰ ਆਏ ਕਿ ਨਹੀਂ ਦਿੱਲੀ ਦੇ ਭਾਈ ਭੈਣ ਜਿਹੜੇ ਬਹੁਤ ਬਿਜ਼ੀ ਆਪਣੇ ਆਪਣੇ ਕੰਮ 'ਚ ਔਰ ਇਹ ਸਾਨੂੰ ਥੋੜ੍ਹਾ ਜਿਹਾ ਉੱਪਰੋਂ ਇਸ ਗੱਲ ਨੂੰ ਸੋਚਣਾ ਚਾਹੀਦਾ ਉਹਦੇ 'ਚ ਕਈ ਰਾਜ਼ ਹੈਗੇ ਆ ਉਹ ਫਿਰ ਦਾਦੀ ਨਾਲ ਗੱਲਬਾਤ ਕਰਕੇ ਪ੍ਰਕਾਸ਼ਮਣੀ ਦਾਦੀ ਨਾਲ ਉਹਨਾਂ ਦੀ ਪਰਮਿਸ਼ਨ ਨਾਲ ਮੈਂ ਦਿੱਲੀ ਦੇ ਕੁਛ ਭੈਣ ਭਾਈਆਂ ਦੇ ਨਾਲ ਗੱਲਬਾਤ ਕਰਕੇ ਜ਼ਮੀਨ ਦੇਖਣੀ ਸ਼ੁਰੂ ਕੀਤੀ ਅਤੇ 15 ਜਗ੍ਹਾ ਦੇਖੀਆਂ 15 ਵਾਰ ਮੈਂ ਗਿਆ ਉੱਧਰ ਫਲਾਈਟ 'ਚ ਜਾਂਦਾ ਸੀ ਅਹਿਮਦਾਬਾਦ ਤੋਂ ਦੇਖ ਕਰਕੇ ਦੂਸਰੇ ਦਿਨ ਜਾਂ ਉਸੇ ਦਿਨ ਵਾਪਸ ਜਦੋਂ 15ਵੇਂ ਟਾਈਮ ਗਏ ਅਤੇ ਇਹ ਜਿੱਥੇ ਓਮ ਸ਼ਾਂਤੀ ਭਵਨ ਉਹ ਓਮ ਸ਼ਾਂਤੀ ਰਿਟਰੀਟ ਸੈਂਟਰ ਬਣਿਆ ਸੀ ORC ਉਹ ਜ਼ਮੀਨ ਦੇਖੀ ਔਰ ਉਹ ਸਾਨੂੰ ਉੱਥੇ ਪੈਰ ਰੱਖਦੇ ਹੀ ਫੀਲ ਹੋਇਆ ਕਿ ਕਲਬ ਪਹਿਲੇ ਇੱਥੇ ਰਿਟਰੀਟ ਸੈਂਟਰ ਬਣਿਆ ਸੀ ਅਤੇ ਉਹ ਫਿਰ ਰਿਟਰੀਟ ਸੈਂਟਰ ਬਣਾਉਣ ਵਾਸਤੇ ਸਾਰੇ ਭਾਰਤ ਦੇ ਸੈਂਟਰਸ ਨੂੰ ਇਨਫੋਰਮ ਕੀਤਾ ਸਭ ਦਾ ਸਹਿਯੋਗ ਮਿਲਿਆ ਆਰਕੀਟੈਕਟ ਅਹਿਮਦਾਬਾਦ ਤੋਂ ਬਹੁਤ ਅੱਛੇ ਆਰਕੀਟੈਕਟ ਹਿਮਾਂਸ਼ੂ ਪਟੇਲ ਇਤਨਾ ਅੱਛਾ ਆਰਕੀਟੈਕਟ ਉਹ ਸਾਡੇ ਗਿਆਨ ਸਰੋਵਰ ਤੋਂ ਲੈ ਕੇ ਸਾਡਾ ਆਰਕੀਟੈਕਟ ਉਹਨੂੰ ਅਸੀਂ ਰੱਖਿਆ ਜੀ ਅਤੇ ਫਿਰ ਉਹ ਉੱਧਰ ਆਪਣਾ ਓਮ ਸ਼ਾਂਤੀ ਰਿਟਰੀਟ ਸੈਂਟਰ ਦਿੱਲੀ ਦਾ ਬਣਿਆ ਉਸ ਵੇਲੇ ਸਭੀ ਵੱਡੇ ਸਭ ਭਾਈ ਭੈਣ ਹੈਗੇ ਸੀ ਔਰ ਪ੍ਰੈਜ਼ੀਡੈਂਟ ਅਬਦੁਲ ਕਲਾਮ ਨੇ ਉਹਦਾ ਉਦਘਾਟਨ ਕੀਤਾ ਸੀ ਇਸੇ ਤਰ੍ਹਾਂ ਹੀ ਹੈਦਰਾਬਾਦ ਉਹਨਾਂ ਦੇ ਚੀਫ ਮਿਨਿਸਟਰ ਆਏ ਸੀ ਚੰਦਰਬਾਬੂ ਨਾਇਡੂ ਅਤੇ ਉਹ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਦੱਸਿਆ ਵੀ ਉਹ ਪੁੱਛਦੇ ਰਹੇ ਮੈਨੂੰ ਗਿਆਨ ਸਰੋਵਰ 'ਚ ਰਹਿ ਕੇ ਇੱਕ ਦਿਨ ਨੀਚੇ ਆ ਰਹੇ ਸੀ ਕਾਰ 'ਚ ਮੈਨੂੰ ਨਾਲ ਲੈ ਕੇ ਆਏ ਅਤੇ ਪੁੱਛਦੇ ਰਹੇ ਕਿਸ ਤਰ੍ਹਾਂ ਬਣਿਆ ਕਿਆ ਹੋਇਆ ਉਹ ਸਾਰਾ ਦੱਸਿਆ ਔਰ ਉਹਨਾਂ ਨੇ ਜਾ ਕਰਕੇ ਇੱਥੋਂ ਮਤਲਬ ਕਿਸੇ ਉਹ ਬਾਬਾ ਦੇ ਮਿਲਣ ਵਾਸਤੇ ਆਏ ਸੀ ਉਸ ਤੋਂ ਬਾਅਦ ਵਾਪਸ ਗਏ ਔਰ ਕੁਲਦੀਪ ਬੈਨ ਨੂੰ ਉਹਨਾਂ ਨੇ ਕਿਹਾ ਵੀ ਦਾਦੀ ਜੀ ਨੂੰ ਬੁਲਾਓ ਮੈਂ ਉਹ ਚੀਫ ਮਿਨਿਸਟਰ ਹੈਗੇ ਸੀ ਉਸ ਵੇਲੇ ਅਤੇ ਸਾਨੂੰ ਉੱਥੇ 25 ਏਕੜ ਜ਼ਮੀਨ ਦਿੱਤੀ ਉਹਨਾਂ ਨੇ
25 एकड़ जमीन 1000 रुपये एकड़ दे साल का किराया उहदा, मतलब 25,000 रुपये किराया असी दे रहे उहदा, लीज ते मिली हुई, लेकिन उहदे च जो कुछ बनाया वह असी अपने खर्च नाल बनाया। तो इस तरह मतलब एक एक चीज़ होंदी गई है, उहदे च लक्ष्य एक ही है। जदों सानूं यह पता लग गया कि जिहड़ा कार्य हैगा ये स्वयं पिता परमात्मा दा है, और सारी संसार च जितने भी धर्म हैगे है, जितने भी उन्होंने फॉलोअर्स हैगे है, वो सब परमात्मा नूं मनदे है, एक परमात्मा नूं मनदे। ये नहीं कि भाई अलग अलग है, अल्लाह अलग है, वाहिगुरु अलग है, परमात्मा अलग है, इस तरह नहीं है। तो उस हिसाब नाल, और फिर बाबा ने जिस तरह ज्ञान भी सानू दिता ही मुरलियों के द्वारा, अव्यक्त और साकार के द्वारा, तो ये सब वास्ते हैगा। तो इट शुड रीच ऑल कॉर्नर्स ऑफ द वर्ल्ड, सब जगह जाना चाहिए। तो यहो जिया गल्लां बुद्धि च आउंदियां सी, तो फिर करुणा जी ना एक बार गल करदे करदे बैठे बैठे थोड़ा बाहर जा करके नदी किनारे बैठे सी, योग च बैठे 25 मिनट योग करके, फिर आपस च भई नई चीज़ की करिए असी। तो नई चीज़ करन वास्ते फिर उस वेले कि अज दे युग च टेलीविज़न घर घर च पहुँच गई है, और असी अगर टेलीविज़न दे जरिए बाबा दा संदेश सारी दुनिया नूं दे सकते हैं, दैट इज़ द ओनली वे। इस गल नूं लै करके फिर असी आपस च राय कीती, और उस वेले सोचा कि टेलीविज़न दा नाम की रखांगे असी, आज दुनिया नूं की चाहिदा ही, सारी दुनिया चाहुंदी है पीस ऑफ माइंड, मन दी शांति चाहुंदे है। तो वो चैनल दा नाम ही असी उस वेले सोच लिया पीस ऑफ माइंड चैनल, और उस तो बाद फिर करुणा बाई ने बहुत मेहनत की थी। पीस ऑफ माइंड चैनल दे जरिए कितनी सेवा, फिर ये नाल नाल हुण दूसरी भी चैनल शुरू हो गई अवेकनिंग, और तुहाडी ये पीस म्यूजिक ये भी नाल नाल। मतलब कहन दा ही कि एक लक्ष बुद्धि एक ही हैगा ही, कि इतना उच्चा ज्ञान सानू मिल रहा, इतनी श्रेष्ठ धारणा दी गल्लां आउंदियां ही, एहो जी साड़ी जीवन सुंदर बन रही है, सानू मन दी शांति लभनी नहीं पैंदी, हुण सानू सदा महसूस हुंदी है। ते असी क्यों नहीं अपने भाई भैन जिन्ने भी दुनिया च हैगे सब नू इस दे बारे च दसीए, ताकि हरेक नू सच्चा आत्मिक सुख मिले, शांति मिले, और उसका आधार है अवेकनिंग, अंदर आत्मा दी अवेकनिंग जड़ी है। और वो अहीं देखिया कि जदों तो ये टीवी शुरू हुई है, उहदे च असी एक जरूर ख्या गल दुनिया तो न्यारी रखी कि बाबा दे बच्चे मिलजुल करके थोड़ा थोड़ा करके उहदी जो भी चैनल दा खर्च होएगा वो करांगे, लेकिन असी एडवरटाइजमेंट उहदे च नहीं लाँगे। क्यों? कि एडवरटाइजमेंट लैन चलण दे नाल जो व्यक्ति दा ध्यान है वो बट जांदा है, ते मन दी शांति वास्ते ते एकाग्रता चाहिए है। मन एक
एक टिक हो करके परमात्मा दे नाल लग जाए, तो ये साढ़े को लक्ष्य रहा। और हिसाब नाल हुण ते तुसी देखदे हो कि सारे देशों 140 देशों बाबा का संदेश पहुँच रहा ही। भारत च भी कौन भारत के कोने कोने तो है ही, हुण सेंटर्स भी है ने। और बाकी ये जो भी साधन है इन्हां दे जरिए सेवा हो रही है। तो अहीं ते हुण ये सोचते हैं कि असी हुण तपस्या करिए, होर कुछ नहीं करिए। जी पाजी, तुसी फिर ते सानू साढ़े क्वेश्चन इतने इंपोर्टेंट नहीं है जितना तुहाडा अनुभव सानू इंपोर्टेंट है, क्योंकि अनुभव नाल ही कुछ सीखने नू मिलदा। जिदा तुसी बोलिया कि एक भगवान उपर निश्चय होना चाहिंदा और एक लक्ष्य एक होना चाहिंदा, ता ही असी अपने जीवन नू सफल बना सकते हैं। पाजी तुहाडा बहुत 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 धन्यवाद। साडा ते लक्ष्य इतना ही है ना कि घर घर स्वर्ग बने ते भारत स्वर्ग बने और दुनिया च शांति हो जाए। बस ओके, ओम शांति, सत श्री अकाल। हाँ जी।